ਪਟਿਆਲਾ ਦੇ ਵਿੱਚ ਇੱਕ ਬਜ਼ੁਰਗ ਜੋੜੇ ਦੇ ਘਰ ਦੇ ਵਿੱਚ ਵੜ ਕੇ ਹਮਲਾਵਰਾਂ ਨੇ ਕੁੱਟਮਾਰ ਕੀਤੀ। ਅਣਕੁੱਟਮਾਰ ਦੀ ਵੀਡੀਓ ਵੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਪੀੜਤ ਅਨੁਸਾਰ ਪਲੇਨਿੰਗ ਤਹਿਤ ਇਹ ਹਮਲਾ ਕੀਤਾ ਗਿਆ। ਪੀੜਤ ਪਤੀ ਪਤਨੀ ਦਾ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਸੋ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜੀ, ਮੇਰੇ ਬਾਪ ਦਾ ਨਾਮ ਜੋਤੀ ਰਾਮ ਹੈ, 16/70 ਏਕਤਾ ਨਗਰ ਚ ਰਹਿੰਦਾ। ਮੇਰਾ ਪ੍ਰੋਪਰਟੀ ਕਲਾਇਨੋਜਰ ਦਾ ਕੰਮ ਹੈ, ਜੋ ਰਜਿਸਟਰਡ ਕੰਪਨੀ ਹੈ। ਪਿਛਲੇ ਮੈਂ 20 ਸਾਲਾਂ ਤੋਂ ਇਹ ਕਲੋਨੀਆਂ ਕੱਟ ਰਿਹਾ ਹੈ। ਮੇਰਾ ਡਿਸਪਿਊਟ 4 ਪਾਰਟੀਆਂ ਨਾਲ ਕੋਰਟ ਮੈਂ ਡਿਸਪਿਊਟ ਚੱਲ ਰਿਹਾ ਹੈ, ਜਿਸ ਦਾ ਨਾਮ ਹੈ ਸਾਰਦਾ ਮਿਸ਼ਰਾ, ਕਿਰਨ ਬਾਲਾ, ਬਾਸਮਤੀ ਦੇਵੀ ਔਰ ਸੁਸ਼ੀਲ ਓਜਾ। ਇਨਕੇ ਸਾਥ ਮੇਰਾ ਕੋਰਟ ਮੈਂ ਡਿਸਪਿਊਟ ਚੱਲ ਰਿਹਾ ਹੈ। ਇਹਨਾਂ ਕੁਛ ਬੰਦੇ ਹਾਇਰ ਕਰੇ ਹੈ, ਜਿਸਮੇ ਇੱਕ ਦਾ ਨਾਮ ਹੈ ਹਰਿੰਦਰ, ਦੂਸਰਾ ਜੋ ਮਾਰਕੁੱਟ ਕਰ ਰਿਹਾ ਹੈ ਉਹ ਸੰਜੇ ਹੈ, ਜਿਸਕੀ ਵੈਲਡਿੰਗ ਕੀ ਦੁਕਾਨ ਹੈ। ਇਸਨੇ ਪੈਸੇ ਲੈ ਕੇ ਉਹ ਆਪਣੇ ਹੋਰ ਸਾਥੀਆਂ ਨਾਲ ਮੇਰੀ ਰੇਕੀ ਕਰਵਾਈ। ਰੇਕੀ ਕਰਨ ਵਾਲਾ ਇੱਕ ਗੁਆਂਢੀ ਹੈ ਮੇਰਾ, ਜਿਹਦਾ ਨਾਮ ਹੈ ਮੁਰਾਰੀ ਲਾਲ ਸ਼ਰਮਾ, ਔਰ ਇਸਨੇ ਪਹਿਲੇ ਮੇਰੇ ਸੀਸੀਟੀਵੀ ਕੈਮਰੇ ਸਾਰੇ ਉਹ ਇਸਨੇ ਤੋੜੇ ਹੈ, ਜਿਸਕੀ ਮੇਰੇ ਪਰ ਲਾਈਵ ਫੁਟੇਜ ਹੈਗੀ। ਉਸਕੇ ਬਾਅਦ ਇਸਨੇ ਮੇਰੇ ਗੁਆਂਢੀ ਮੇਰੇ ਘਰ ਕਾ ਤਾਲਾ ਬਾਹਰ ਲਗਾ ਕੇ ਦਿਨ ਕੇ 12 ਵਜੇ ਗਵਾਂਢੀ ਕੇ ਮਕਾਨ ਤੇ ਪੌੜੀਆਂ ਲਗਾ ਕੇ ਉੱਪਰ ਮੇਰੀ ਛੱਤ ਤੇ ਚੜੇ ਹੈ। ਦੋ ਬੰਦੇ ਬਾਹਰ ਸੀਗੇ, ਦੋ ਬੰਦੇ ਅੰਦਰ ਪਹੁੰਚੇ ਹੈ। ਉੱਪਰ ਪੌੜੀ ਦਾ ਦਰਵਾਜ਼ਾ ਤੋੜਿਆ ਹੈ, ਦਰਵਾਜ਼ਾ ਤੋੜ ਕੇ ਔਰ ਫਿਰ ਦੂਸਰਾ ਇੱਕ ਦਰਵਾਜ਼ਾ ਹੈ ਅੰਦਰ ਐਂਟਰੀ ਕਰਨ ਵਾਲਾ, ਉਹ ਦਰਵਾਜ਼ਾ ਤੋੜਿਆ ਗਿਆ ਹੈ। ਉਸਕੇ ਬਾਅਦ ਇਸਨੇ ਹਮਾਰੀ ਲਾਈਵ ਕੁਟਾਈ ਕਰੀ ਹੈ, ਜਿਸਕੇ ਮੇਰੇ ਪਾਸ ਸੀਸੀਟੀਵੀ ਫੁਟੇਜ ਹੈਗੇ। ਤਲਵਾਰ ਮੇਰੀ ਮਿਸੀ ਕੇ ਦੋਨੋਂ ਹੱਥ ਕੱਟੇ ਹੋਏ ਤਲਵਾਰ ਸੇ, ਜਿਸਕੇ ਹੱਥ ਦੇ ਮਾਰੂ ਹਥਿਆਰ ਫੜੇ ਹੋਏ ਸੀ, ਇੱਕ ਤਲਵਾਰ, ਇੱਕ ਰੋੜ ਔਰ ਇੱਕ ਰੱਸੀ, ਇੱਕ ਛੁਰਾ, ਜੋ ਕਿ ਵਹਾਂ ਤੇ ਬਾਹਰ ਸੇ ਮੁਝੇ ਕੋਈ ਪ੍ਰੋਟੈਕਸ਼ਨ ਨਾ ਮਿਲ ਸਕੇ। ਬਾਹਰ ਗੇਟ ਤੇ ਲੋਕ ਪੜੋਸੀ ਖੜੇ ਰਹੇ, ਉਹਨਾਂ ਨੇ PCR ਨੂੰ ਫੋਨ ਕਰਿਆ ਤੇ ਪੁਲਿਸ ਆਈ ਹੈ। ਪੁਲਿਸ ਨੇ ਆ ਕੇ ਮਤਲਬ ਜੋ ਹੈ ਇਸ ਬੰਦੇ ਕੋ ਇੱਕ ਅਰੈਸਟ ਕਰਿਆ ਹੈ। ਪੈਸੇ ਦਾ ਕੋਈ ਲੈਣ ਦੇਣ ਕਾ ਰੋਲਾ ਨੀ, ਸੰਜੇ ਕੇ ਸਾਥ ਸਾਡਾ ਕੋਈ ਪੈਸੇ ਦਾ ਲੈਣ ਦੇਣ ਕਾ ਕੋਈ ਰੋਲਾ ਨੀ। ਅਗਰ ਉਹਦੇ ਕੋਲੇ ਕੋਈ ਹੈ ਤਾਂ ਸਾਨੂੰ ਰਿਟਰਨ ਦਿਖਾ ਦੇ। ਉਹ ਕਹਤਾ ਹੈ ਉਸਨੇ ਬਹਾਨਾ ਬਣਾਇਆ ਕਿ ਮੈਂ 25 ਲੱਖ ਰੁਪਇਆ ਲੈਣਾ ਹੈ। 25 ਲੱਖ ਅਗਰ ਕੋਈ ਆਦਮੀ ਦਿੱਤਾ ਹੈ ਕਿਸੇ ਕੋ ਬਗੈਰ ਰਿਟਰਨ ਕੇ, ਕੋਈ ਦਿੱਤਾ ਹੈ, ਕੋਈ ਪ੍ਰੂਫ ਵੀ ਤਾਂ ਰੱਖਦਾ ਹੈ। ਜਵਾਨੀ ਐਸੇ ਕੋਈ ਕਿਸੇ ਕੋ ਕਹਿ ਦੇ ਵੀ ਮੈਂ ਪੈਸੇ ਲੈਣੇ ਮੈਂ ਕੁੱਟਾਂਗਾ, ਅਗਰ ਪੈਸੇ ਲੈਣੇ ਵੀ ਹੈ ਤਾਂ ਗੇਟ ਸੇ ਆਏ, ਦਰਵਾਜ਼ੇ ਤੋੜ ਕੇ ਔਰ ਤਲਵਾਰ। ਇਸਮੇ ਮੇਰਾ ਗਵਾਂਢੀ ਮੁਰਾਰੀ ਰਾਵ ਸ਼ਰਮਾ, ਜੋ ਕਿ ਮੇਰੀ ਰੇਕੀ ਕਰ ਰਿਹਾ ਹੈ, ਕੈਮਰੇ ਤੋੜਦੇ ਹੋਏ ਕਿ ਵੀ ਮੇਰੇ ਪਾਸ ਫੋਟੋ ਹੈਗੀ, ਇਸਮੇ ਇਨਕਾ ਪੂਰਾ ਸਹਿਯੋਗ ਹੈ। ਪਲੈਨਿੰਗ ਬਿਲਕੁਲ ਪਲੈਨ ਕਰਕੇ, ਬਿਆਨ ਪਲੈਨਿੰਗ ਤਾਂ ਹੈ ਹੀ ਨਹੀਂ, ਪਲੈਨਿੰਗ ਕਰਕੇ ਹੀ ਇਹ ਕੰਮ ਹੋਇਆ ਹੈ। ਕਿਉਂਕਿ 2 ਦਿਨ ਪਹਿਲੇ ਸੇ ਕੈਮਰੇ ਤੋੜਨਾ ਤੇ ਗੇਟ ਕੋ ਬਾਹਰ ਤਾਲਾ ਲਗਾਉਣਾ, ਮੈਂ ਪਹਿਲੇ ਨਹੀਂ ਦਿੱਤੀ। ਹਫਤਾ ਪਹਿਲਾਂ ਵੀ ਮੇਰੇ ਤੇ ਵਾਰਦਾਤ ਹੋਈ, ਵਿਨੋਦ ਫੋਟੋ ਸਟੂਡੀਓ ਹੈ ਰਾਜਪੁਰਾ ਕਲੋਨੀ, ਰਾਜਪੁਰਾ ਕਲੋਨੀ ਬੱਸ ਅੱਡੇ ਕੋਲੇ, ਵਹਾਂ ਪੇ ਮਾਰਕੀਟ ਹੋਈ, ਲਾਈਨ ਕਰਵਾਇਆ। ਪੁਲਿਸ ਮੌਕੇ ਤੇ ਆਈ ਸੀਗੀ, ਇਹਨੂੰ ਅਰੈਸਟ ਕਰਿਆ ਹੈ ਜੀ। ਸਾਡੇ ਕੋਲ ਇਨਫੋਰਮੇਸ਼ਨ ਆਈ ਸੀ 112 ਦੇ ਉੱਪਰ ਵੀ ਇੱਕ ਬੰਦੇ ਨੂੰ ਕੋਈ ਘਰ ਦੇ ਵਿੱਚ ਫੜ ਕੇ ਕੁੱਟ ਰਹੇ ਨੇ, ਤੇ ਅਸੀਂ ਮੌਕੇ ਤੇ ਪਹਿਲਾਂ PCR ਪਾਉਣ ਲਈ, ਫਿਰ ਸਾਡੇ ASC ਰਣਜੀਤ ਸਿੰਘ ਗਿਆ ਸੀ। ਉਹਨੇ ਜਾ ਕੇ ਜਿਹੜੇ ਬਜ਼ੁਰਗ ਜੋੜਾ ਸੀਗਾ ਉਹਨਾਂ ਸੱਟਾਂ ਲੱਗੀ ਹੁੰਦੀ, ਉਹਨਾਂ ਨੂੰ ਦਾਖਲ ਕਰਵਾਤਾ, ਤੇ ਜਿਹੜਾ ਬੰਦਾ ਸੀ ਉਹਨੂੰ ਜਿਹੜਾ ਅਸੀਂ ਉੱਥੇ ਰਾਊਂਡ ਅਪ ਕਰ ਲਿਆ ਸੀ, ਸੰਜੇ ਸਿੰਘ। ਇਹ ਜਿਹੜਾ ਬਜ਼ੁਰਗ ਜੋੜਾ ਸੀ ਇਹਦੇ ਕੋਲ 4 ਵਾਰ ਸਾਡਾ ਥਾਣੇਦਾਰ ਚਲਾ ਗਿਆ ਉੱਥੇ, ਇਹ ਬਿਆਨ ਦੇਣ ਦੇ ਕਾਬਲ ਦੱਸਿਆ ਡਾਕਟਰ ਨੇ, ਲੇਕਿਨ ਇਹਨਾਂ ਨੇ ਕੋਈ ਵੀ ਸਾਨੂੰ ਬਿਆਨ ਨਹੀਂ ਲਿਖਾਇਆ। ਜਿਹੜਾ ਪ੍ਰੇਮ ਕੁਮਾਰ ਇਹਦੇ ਖਿਲਾਫ 4 FIR ਦਰਜ ਤੇ 420 ਦੀਆਂ, ਇਹ ਕਹਿੰਦਾ ਮੈਂ ਆਪਣੇ ਵਕੀਲ ਨਾਲ ਸਲਾਹ ਕਰਕੇ ਤੁਹਾਨੂੰ ਬਿਆਨ ਲਿਖਾਉਂਗਾ। ਇਹਨੇ ਅੱਜ ਤੱਕ ਆਪਣਾ ਕੋਈ ਬਿਆਨ ਨਹੀਂ ਲਿਖਾਇਆ, ਨਾ ਘਰ ਵਾਲੀ ਜਾਂਦਾ ਬੰਦਾ ਫੜਿਆ ਸੀ, ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਤੋਂ ਪੈਸੇ ਲੈਣੇ ਨੇ,
ਇਹ ਮੇਰੇ ਪੈਸੇ ਨੂੰ ਇਹਨਾਂ ਦੀ ਆਪਣਾ ਜਿੰਦਾ ਨਹੀਂ ਖੋਲਦਾ ਸੀਗਾ। ਮੈਂ ਉੱਪਰ ਚੜ੍ਹ ਕੇ ਜਾ ਕੇ ਇਹਦੇ ਘਰੇ ਜਿਹੜਾ ਇਹਦੇ ਤੇ ਹਮਲਾ ਕੀਤਾ ਸੀਗਾ ਵੀ ਮੈਂ ਤੋਂ ਪੈਸੇ ਮੰਗੇ ਸੀ, ਇਹਨੇ ਮੈਨੂੰ ਕੁੱਟਮਾਰ ਕਰਤੀ, ਮੈਂ ਇਹਦੀ ਕੁੱਟਮਾਰ ਮਾਮਲਾ ਦਰਜ ਜੇ ਸਟੇਟਮੈਂਟ ਲਿਖਾਊਗਾ ਤਾਂ ਪਰਚਾ ਦਰਜ ਕਰਾਂਗੇ ਅਸੀਂ ਉਹਦੀ ਆਪਣੇ ਵੱਲੋਂ ਜਿਹੜੀ ਹੈ ਥਾਣੇਦਾਰ ਵੱਲੋਂ ਉਹਦੀ ਰੋਕੂ ਕਾਰਵਾਈ ਕਰ ਦਿੱਤੀ। ਫਿਰ ਉਹ ਸਾਨੂੰ ਸਟੇਟਮੈਂਟ ਲਿਖਾਉਂਦਾ ਅਸੀਂ ਉਹਦੇ ਉੱਤੇ ਜਿਹੜਾ ਬਣਦੀ ਜੁਰਮਾ ਤਹਿਤ ਪਰਚਾ ਦਰਜ ਕਰਾਂਗੇ 450 ਲੱਖ।